ਆਹ ਧੱਕਾ ਇਹਨੂੰ ਲੈ ਜਾ 10 ਮੀਟਰ ਤੱਕ ਲਾ ਜਾ ਲੈ ਜਾਣਾ ਕੋਈ ਵੱਡੀ ਗੱਲ ਨਹੀਂ ਇਹ ਚੈਲੰਜ ਇਹਨੂੰ 1 2 3 ਹਾਂਜੀ ਕਿੱਦਾਂ ਹੋ ਸਾਰੇ ਬਾਈ ਜੀ ਮਜ਼ਾਕ ਕੀਤਾ ਜੀ ਮਜ਼ਾਕ ਕੀਤਾ ਸੀ ਇਹ ਮਜ਼ਾਕ ਸੀਗਾ ਇਹ ਸੀਰੀਅਸ ਨਹੀਂ ਸੀਗਾ ਇਹ ਓਕੇ ਗਾਇਜ਼ ਵੈਲਕਮ ਬੈਕ ਟੂ ਡੂ ਬ੍ਰੋ ਚੈਨਲ ਸ਼ਾਮ ਹੋ ਚੁੱਕੀ ਆ ਡਿਊਟੀਆਂ ਖਤਮ ਕਰਕੇ ਵਾਪਸ ਆ ਗਏ ਆ ਇਹ ਆਪਣਾ ਛੋਟਾ ਬਾਈ ਇਹ ਆਪਣਾ ਵੱਡਾ ਬਾਈ ਠੀਕ ਹੈ ਨਾਓ ਵੀ ਆਰ ਗੋਇੰਗ ਟੂ ਅਲਾਈਨ ਮਾਲ ਲੈਟਸ ਗੋ ਕਮ ਵਿਦ ਅਸ ਲੈਟਸ ਗੋ ਵੀਰੇ ਅਲਾਈਨ ਮਾਲ ਜਾਣ ਦਾ ਮਤਲਬ ਇਹ ਆ ਬਾਈ ਅੱਛਾ ਆਫਰ ਚੱਲ ਰਿਹਾ ਸੀ ਪਿਛਲੇ ਵੀਕ ਜੀ ਟੈਕਸ ਕਹਿ ਦਿੰਦੇ ਉਹਨੂੰ ਕੋਈ ਜਾਈ ਟੈਕਸ ਕਹਿ ਦਿੰਦਾ ਕੋਈ ਜੀ ਟੈਕਸ ਕਹਿ ਦਿੰਦਾ ਹੈ ਨਾ ਅਤੇ ਸਾਨੂੰ ਜਿਵੇਂ ਲੋਟ ਲੱਗਦਾ ਅਸੀਂ ਉਵੇਂ ਕਹਿ ਦਿੰਦੇ ਹਾਂ ਆਫਰ ਚੱਲਦੇ ਸੀਗੇ ਇਲੈਕਟ੍ਰੋਨਿਕ ਆਈਟਮਸ 'ਤੇ ਬਹੁਤ ਵਧੀਆ ਵਧੀਆ ਅਤੇ ਇੱਕ ਆਫਰ ਆਇਆ ਘੁੰਮਦਾ ਘੁੰਮਾਉਂਦਾ ਔਨਲਾਈਨ ਸੀਗਾ ਬਾਈ ਕੋਲ ਪਹੁੰਚਦੇ ਹਾਂ ਮੇਰੇ ਕੋਲ ਪਹੁੰਚਦੇ ਆਏ ਜਦੋਂ ਮੇਰੇ ਕੋਲ ਪਹੁੰਚਿਆ ਨਾ ਫਿਰ ਮੈਂ ਲਿਆ ਫੜ ਬਾਈ ਉਹ ਅਤੇ ਫਿਰ ਮੈਂ ਨਹੀਂ ਛੱਡਿਆ ਅਤੇ ਮੈਕਬੁੱਕ ਲੈਣ ਚੱਲੇ ਹਾਂ ਆਈਡੀਆ ਕੁਛ ਨਹੀਂ ਤੈਨੂੰ ਆਈਡੀਆ ਹੈਗਾ ਮੈਕਬੁੱਕ ਗੱਲ ਵੀ ਸਹੀ ਹੈ ਬਈ ਜਿਹਦਾ ਜਿਹੜਾ ਕੰਮ ਆ ਉਹਨੂੰ ਉਹੀ ਚੀਜ਼ ਦਾ ਪਤਾ ਹੈ ਕਿ ਨਹੀਂ ਪਤਾ ਵੈਸੇ ਮੈਨੂੰ ਵੀ ਨਹੀਂ ਹੈਗਾ ਮੈਕਬੁੱਕ ਆਈਆਂ ਬਾਰੇ ਔਰ ਐਪਲ ਉੱਪਲ ਦਾ ਲੇਕਿਨ ਸੁਣਿਆ ਵਧੀਆ ਚੀਜ਼ ਹੁੰਦੀ ਆ ਵਧੀਆ ਆਈਟਮ ਹੁੰਦੀ ਆ ਅਤੇ ਇੱਕ ਵਾਰੀ ਯੂਜ਼ ਕਰ ਲਓ ਤਾਂ ਉਹਦੀ ਤੁਹਾਨੂੰ ਹੈਬਿਟ ਹੋ ਜਾਂਦੀ ਆ ਨਹੀਂ ਚੀਜ਼ ਵਧੀਆ ਹੁੰਦੀ ਆ ਬਾਈ ਹਾਂ ਅਤੇ ਰਿਵਿਊ ਤਾਂ ਚੰਗੇ ਉਹਨੂੰ ਬਟ ਮੈਂ ਸਰਚ ਕੀਤਾ 2-3 ਦਿਨ ਹੋ ਗਏ ਮੈਨੂੰ ਮਤਲਬ ਥੋੜ੍ਹੀ ਬਹੁਤੀ ਸਰਚ ਕੀ 3-4 ਮਿੱਤਰ ਨੇ ਪੰਜਾਬੀ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਭਾਈ ਯਾਰ ਪਤਾ ਤਾਂ ਸਾਨੂੰ ਵੀ ਨਹੀਂ ਕਹਿੰਦੇ ਐਪਲ ਦੇ ਨਾਂ ਨੂੰ ਲੈ ਲਾ ਕਹਿੰਦੇ ਬਸ ਐਪਲ ਆ ਨਾ ਬਸ ਉਹ ਲੈ ਲਾ ਚੱਕ ਲਾ ਮਤਲਬ ਐਂ ਫੀਡਬੈਕ ਲਿਆ ਆਪਾਂ ਹੈ ਨਾ ਅਤੇ ਹੁਣ ਚੱਲੇ ਅਸੀਂ ਅਲੈਨ ਮੋਲ ਸਿੱਧਾ ਸ਼ਰਫ ਡੀਜੇ 'ਤੇ ਸ਼ਰਫ ਡੀਜੇ 'ਤੇ ਜਾ ਕੇ ਬੁੱਕ ਆਲਰੇਡੀ ਕਰ ਲਿਆ ਪੇਮੈਂਟ ਹੋ ਗਈ ਆ ਜਾ ਕੇ ਆਪਣਾ ਜੋ ਯੂਨਿਟ ਪਈ ਆ ਉੱਥੇ ਮੈਕਬੁੱਕ ਦੀ ਉਹ ਰਿਸੀਵ ਪਿੱਕ ਹੀ ਕਰਨੀ ਓਕੇ ਕੀ ਕਹਿੰਦੇ ਅਨਬੋਕਸਿੰਗ ਕਰ ਲਈ ਅਨਬੋਕਸਿੰਗ ਅਨਬੋਕਸਿੰਗ ਕਰ ਲਾਂਗੇ ਤੁਹਾਡੇ ਸਾਹਮਣੇ ਮੈਂ ਵੀ ਕੁਛ ਲੈ ਲੂੰਗਾ ਵੀ ਸ਼ਰੋ ਡੀ ਦੀ ਯਾਦ ਆ ਰਹੀ ਹੈ ਕੀ ਲੈਣਾ ਤੂੰ ਕੁਛ ਯਾਰ ਰਾਤ ਨੂੰ ਡਾਈਟ ਲਈ ਬਹੁਤ ਔਖਾ ਹੁੰਦਾ ਮੈਂ ਦਿਨੇ ਵੀ ਕੁਛ ਲੈ ਲਾਂਗੇ ਬਣਾਉਣ ਲਈ ਨਾ ਕਿ ਟੋਸਟਰ ਵਗੈਰਾ ਕੀ ਕਹਿੰਦੇ ਹੁੰਦੇ ਉਹਨੂੰ ਗ੍ਰਿਲਰ 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 ਪਤਾ ਨਹੀਂ ਉਹਨੂੰ ਗ੍ਰਿਲਰ ਕਹਿੰਦੇ ਆ ਗ੍ਰਿਲ ਕਹਿੰਦੇ ਆ ਉਹ ਜਿਹੜੇ ਅੱਛਾ ਤੁਹਾਨੂੰ ਅੱਜ ਬੋਡੀ ਬਿਲਡਰ ਵਾਲਾ ਲੈਪਟਾਪ ਵੀ ਦਿਖਾਵਾਂਗੇ ਹਾਂ ਇੱਕ ਤਾਂ ਜਿਹੜੇ ਪ੍ਰੋਫੈਸ਼ਨਲ ਬੰਦੇ ਹੁੰਦੇ ਨੇ ਲੈਪਟਾਪ ਉਹ ਤੇ ਇੱਕ ਬੋਡੀ ਬਿਲਡਰ ਵਾਲਾ ਲੈਪਟਾਪ ਵੀ ਦਿਖਾਵਾਂਗੇ ਤੁਹਾਨੂੰ ਆ ਜਾਓ ਫਿਰ ਮਿਲਦੇ ਹਾਂ ਠੀਕ ਆ ਬਾਈ ਦੇ ਆਪਾਂ ਪਹੁੰਚ ਗਏ ਜੋ ਲੈਣਾ ਸੀਗਾ ਤੇ ਬਾਈ ਨੂੰ ਬਹੁਤ ਸੋਹਣੀ ਡੀਲ ਮਿਲੀ ਆ ਬਹੁਤ ਡੀਲ ਮਿਲੀ ਆ ਦੇਖਣੀ ਕਿਹੜੀ ਡੀਲ ਮਿਲੀ ਮੈਨੂੰ ਬਾਈ ਡੀਲ ਦਿਖਾ ਦੇ ਡੀਲ ਦਿਖਾ ਇਹ ਆਫਰ ਵੀਰੇ ਆਹ ਡੀਲ ਮਿਲੀ ਆ ਇਹ ਤਾਂ ਮੇਰਾ ਸੀਗਾ ਲੈਪਟਾਪ ਹੁਣ ਬਾਈ ਦਾ ਲੈਪਟਾਪ ਦੇਖਦੇ ਹਾਂ ਮੇਰਾ ਬੋਡੀ ਬਿਲਡਰ ਵਾਲਾ ਲੈਪਟਾਪ ਬੋਡੀ ਬਿਲਡਰ ਵਾਲਾ ਲੈਪਟਾਪ ਹੈਗਾ ਮੈਂ ਆਪਣਾ ਬਾਏ ਕਰ ਲਿਆ ਬੋਡੀ ਬਿਲਡਰ ਵਾਲਾ ਲੈਪਟਾਪ ਇਹ ਬੋਡੀ ਬਿਲਡਰ ਵਾਲਾ ਮੇਰਾ ਕੰਮ ਇਹ ਚ ਹੁੰਦਾ ਇਹ ਚ ਸਹੀ ਹੈ ਚਿਕਨ ਰੱਖੋ ਮਟਨ ਰੱਖੋ ਤੋ ਆਰਡਰ ਨੰਬਰ ਲੈ ਕੇ ਕਸਟਮਰ ਕਾਊਂਟਰ ਤੇ ਰਿਸੈਪਸ਼ਨ ਤੇ ਦਿਖਾਓ ਯਾਰ ਬੰਦ ਕਰ ਲੈਣ ਆਰਡਰ ਨੰਬਰ ਸ਼ੋ ਕਰਤਾ ਹੁਣ ਆਪਣਾ ਲੈਪਟਾਪ ਜੋ ਵੀ ਮੈਕਬੁੱਕ ਕਹਿੰਦੇ ਆ ਉਹਨੂੰ ਲੈਣ ਗਿਆ ਹੋਇਆ ਵਾ ਅਤੇ ਅਸੀਂ ਬੈਠੇ ਇੱਥੇ ਦੋਨੋਂ ਵੇਟ ਕਰਦੇ ਹਾਂ ਮੈਂ ਇੱਥੇ ਬੈਠਾ ਵਾ ਇੱਥੇ ਕੜਕੜ ਜੀ ਕਰੀ ਜਾਂਦਾ ਇਹਨੂੰ ਖੇਡੀ ਜਾਂਦਾ ਇਹਦਾ ਲੈਪਟਾਪ ਇਹਦੇ ਲੈਪਟਾਪ ਦੀ ਪੈਕਿੰਗ ਦੇਖੋ ਡਿਸਕਾਊਂਟ ਕਿੰਨਾ ਮਿਲਿਆ ਤੈਨੂੰ ਮੇਰੇ ਲੈਪਟਾਪ 'ਤੇ ਬਾਈ ਜੀ 200 ਦਰਾਮ ਦਾ ਸੀਗਾ ਅਤੇ ਇਹਨੂੰ 120 ਦਰਾਮ ਦਾ ਮਿਲ ਗਿਆ ਲੈਪਟਾਪ ਇਹਦਾ ਲੈਣਾ ਇਹੀ ਖੋਲ੍ਹੀ
ਮੈਂ ਕਿਹਾ ਤੁਹਾਡੇ ਕੋਲ ਲਾਸਟ ਪੀਸ ਆ, ਥੋੜ੍ਹੇ ਘੱਟ ਕਰ ਲਓ ਥੋੜ੍ਹੀ ਆ ਬਾਈ ਨੇ ਕੀਤੀ ਆ ਪ੍ਰੋਫੈਸਰ ਮੇਰੇ ਨਾਲ ਮਿਹਨਤਾਂ ਮੈਨੂੰ ਬੜੀ ਖੁਸ਼ੀ ਹੈ ਕਿ ਛੋਟੇ ਬਾਈ ਨੇ ਵੀ ਲੈਪਟਾਪ ਲਿਆ ਅਤੇ ਦੇਖੋ ਲੈਪਟਾਪ ਲਿਆ ਅਤੇ ਨਾਲ ਹੀ ਆਪਣਾ ਕੰਮ ਸ਼ੁਰੂ ਕਰਤਾ, ਠੀਕ ਹੈ। ਮੈਕਬੁੱਕ ਆ ਇਸ ਇਹ ਪਤਾ ਨਹੀਂ ਕਿਹੜੀ ਬੁੱਕ ਇਹਨੂੰ ਜਾ ਕੇ ਖਵਾਉਂ, ਤੂੰ ਕਹਿਣਾ ਤੂੰ ਵੱਧ ਚੀਜ਼ ਲੈ ਲਈ। ਚਲੋ ਠੀਕ ਆ, ਚਲੋ ਠੀਕ ਆ, ਮਿਲਦਾ ਯਾਰ ਆ ਪਾ ਰਹੇ ਬਹੁਤ ਕੇਅਰ ਕਰਦਾ ਇਹਨੂੰ, ਪਲਾਸਟਿਕ ਦੇਖੋ ਕਿੱਡਾ ਇਹ ਤਾਂ ਤੂੰ ਜੀ ਬੇਇੱਜ਼ਤੀ ਕਰੀ। ਚਲੋ ਠੀਕ ਆ ਬਾਈ, ਤਾਂ ਪੈਕ ਕਰਨ ਦਾ ਟਾਈਮ ਆ ਗਿਆ, ਮਤਲਬ ਕੈਰੀ ਕੇਸ ਵੀ ਨਾਲ ਤੁਹਾਨੂੰ ਦਿਖਾਉਂਦਾ, ਡੈਮੋ ਦਿਖਾਉਂਦਾ ਚੱਕ ਕੇ ਤੁਹਾਨੂੰ। ਆਹ ਤਾਂ ਕੈਰੀ ਕੇਸ ਆ, ਯਾਰ ਐਮਰਜੈਂਸੀ ਐਮਰਜੈਂਸੀ ਮੇਲ ਚ ਜਨਰੇਟਰ 640 ਵੋਲਟ ਦਾ ਪਲੱਗ, 640 ਵੋਲਟ ਦਾ ਤਾਂ ਪਲੱਗ ਦਿੱਤਾ, ਆਹ ਲੈਪਟਾਪ ਦਾ ਸਵਿੱਚ। ਥੈਂਕ ਯੂ ਬ੍ਰੋ, ਮੇਰਾ ਲੈਪਟਾਪ ਰਹਿ ਗਿਆ। ਓਕੇ ਗਾਈਸ, ਵੈਲਕਮ ਬੈਕ ਡੂ ਬ੍ਰੋ ਚੈਨਲ। ਅੱਗੇ ਦੀ ਇਨਫੋਰਮੇਸ਼ਨ ਮਹਾਰਾਜ, ਅਤੇ ਆਪਾਂ ਕੱਲ੍ਹ ਸ਼ੋਪਿੰਗ ਕੀਤੀ ਸੀ, ਮੇਰਾ ਲੈਪਟਾਪ ਅਤੇ ਬਾਈ ਦਾ ਲੈਪਟਾਪ। ਮੇਰਾ ਲੈਪਟਾਪ ਤਾਂ ਉਹਨੇ ਪਹਿਲਾਂ ਹੀ ਅਨਬੋਕਸ ਕਰਕੇ ਦਿੱਤਾ ਸੀ, ਅਤੇ ਬਾਈ ਵਾਲਾ ਲੈਪਟਾਪ ਦੀ ਅਨਬੋਕਸਿੰਗ ਆਪਾਂ ਕਰਨ ਲੱਗੇ ਹੁਣ, ਦੇਖਦੇ ਹਾਂ ਕੀ ਨਿਕਲਦਾ ਵਿੱਚੋਂ, ਕਿਹੋ ਜਿਹਾ ਨਿਕਲਦਾ, ਅਤੇ ਉਦੋਂ ਬਾਅਦ ਬਾਈ ਇਨਫੋਰਮੇਸ਼ਨ ਦਊਗਾ ਉਹਦੇ ਬਾਰੇ ਜਿਹੜੀ ਇਹਨੂੰ ਪਤਾ ਨਹੀਂ। ਅਤੇ ਕੱਲ੍ਹ ਦਾ ਤੁਹਾਨੂੰ ਪਤਾ ਹੀ ਹੋਣਾ ਵੀਰੇ, ਇਹ ਨੈਕਸਟ ਡੇ ਆ ਜਿਹੜਾ ਕੱਲ੍ਹ ਅਸੀਂ ਵਲੌਗ ਬਣਾਇਆ ਨਾ, ਇਹ ਬਾਏ ਕੀਤਾ ਮੈਕਬੁੱਕ, ਅਤੇ ਉਹਦਾ ਨੈਕਸਟ ਡੇ ਆ, ਪਰਚੇਸ ਕਰ ਲਿਆ ਦਾ, ਹੁਣ ਇਹਦੀ ਅਨਬੋਕਸਿੰਗ ਕਰਦੇ ਹਾਂ। ਕੋਈ ਵੀ ਆਈਡੀਆ ਨਹੀਂ ਇਹਦੀ ਨੌਲੇਜ ਦਾ, ਇਹਦੇ 'ਚ ਹੈ ਕੀ ਆਈਟਮ ਆ, ਬਸ ਇੰਨਾ ਕੱਲ੍ਹ ਲੈਪਟਾਪ ਹੈਗਾ, ਮੈਕਬੁੱਕ ਜਿਹਨੂੰ ਕਹਿ ਦਿੰਦੇ ਹਨ ਉਹੀ ਆ, ਬਾਕੀ ਓਪਨ ਕਰਕੇ ਦਿਖਾ ਦਿੰਦੇ, ਨਵੀਂ ਚੀਜ਼ ਆ, ਕਰਨੀ ਬਣਦੀ ਵੀ ਆ। ਓਕੇ ਲੈਟਸ ਗੋ। ਇਹਨੂੰ ਪਤਾ ਨਹੀਂ ਕਿੱਥੋਂ ਚੱਲ ਵੋ, ਯੈਸ ਮਾਸ਼ਾਅੱਲਾ, ਪੈਕਿੰਗ ਬੜੀ ਸੋਹਣੀ ਕਰ ਲਿਆ ਐਪਲ ਵਾਲੇ ਯਾਰ, ਇਹਦੇ ਵਿੱਚ ਵੀ ਫੋਮ ਲਾਈ ਹੋਈ ਆ, ਕਿੱਦਾਂ ਵੀਰੇ ਸੋਰੀ ਬਾਈ, ਆਹੀ ਸਾਰੀ ਚੀਜ਼ ਆ, ਦੈਟਸ ਇਟ, ਆਹੀ ਸਾਰੀ ਚੀਜ਼ ਆ, ਅਤੇ ਇਹ ਤਾਂ ਮੇਨ ਡਿਵਾਈਸ ਹੋ ਗਿਆ ਆਪਣਾ। ਓਕੇ, ਇਹ ਤੋਂ ਐਕਸਟਰਾ ਦੇ ਦਿੰਦੇ ਵੀ ਹੋਰ ਕੀ ਚੀਜ਼ ਆ ਇਹਦੇ ਨਾਲ ਮਿਲਿਆ। ਓਕੇ, ਇਹਨੂੰ ਆਪਾਂ ਕਰਦੇ ਹਾਂ ਇੱਥੇ ਪੁੱਟ, ਦਿਸ ਕਾਇੰਡ ਆਫ ਚਾਰਜਰ, ਇਹ ਮੈਂ ਪਹਿਲੀ ਵਾਰ ਦੇਖ ਰਿਹਾ, ਕਿਉਂਕਿ ਪਹਿਲੀ ਵਾਰ ਕੋਈ ਡਿਵਾਈਸ ਜਦੋਂ ਤੁਸੀਂ ਯੂਜ਼ ਕਰਦੇ ਹੋ ਤਾਂ ਤੁਹਾਨੂੰ ਕੋਈ ਆਈਡੀਆ ਨਹੀਂ ਹੁੰਦਾ, ਯੂਜ਼ ਕਰਾਂਗਾ ਅਤੇ ਫਿਰ ਪਤਾ ਲੱਗੂਗਾ ਵੀ ਇਹ ਕਿਵੇਂ ਯੂਜ਼ ਹੁੰਦਾ, ਕੀ ਇਹਦਾ ਹਾਵ ਭਾਵ ਆ ਨਾ, ਕੀ ਇਹਦਾ ਕੈਟਾਲੋਗ, ਇਹਨੂੰ ਪੜ੍ਹਨਾ ਆਪਾਂ ਹੈ ਨਹੀਂ ਗਾ, ਔਰ ਪੜ੍ਹ ਵੀ ਲੈਣਾ ਤਾਂ ਪੱਲੇ ਪੈਣਾ ਕੁਛ ਨਹੀਂ। ਵੀਰੇ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ, ਸਾਰੇ ਫੰਡੇ ਹੀ ਨੇ ਇਹ, ਕੰਮ ਤਾਂ ਮੇਰਾ ਜਿਹੜਾ ਪੁਰਾਣਾ ਲੈਪਟਾਪ ਆ, ਕੰਮ ਤਾਂ ਉਹਦੇ ਨਾਲ ਵੀ ਹੋਈ ਜਾਂਦਾ, ਲੇਕਿਨ ਬਹੁਤ ਜ਼ਿਆਦਾ ਸਲੋ ਪ੍ਰੋਬਲਮ ਕ੍ਰੀਏਟ ਕਰਨ ਲੱਗ ਗਿਆ ਸੀਗਾ। ਸਰਚ ਕੀਤੀ 3-4 ਦਿਨ ਕੰਟੀਨਿਊ ਸਰਚ ਕਰਨ ਤੋਂ ਬਾਅਦ, ਇਹ ਤੁਹਾਨੂੰ ਪਤਾ ਐਪਲ ਦਾ ਫੀਡਬੈਕ ਹੈ, ਜਿੰਨਾ ਕੁਛ ਹੈਂਗ ਹੋਵੇ ਅਤੇ ਸਪੀਡ ਵੀ ਅੱਛੀ ਆ, ਤੁਸੀਂ ਆਪਣਾ ਕੰਮ ਈਜ਼ੀਲੀ ਕਰ ਸਕਦੇ ਹੋ। ਸਭ ਤੋਂ ਮੇਨ ਵੱਡੀ ਗੱਲ ਇਹਦਾ ਬੈਟਰੀ ਬੈਕਅਪ, 12 hours ਦਿੱਤਾ ਹੋਇਆ, 12 hours, ਇਹ ਬਾਂਦਰ ਹੱਸਦਾ ਵਾ, ਇੰਨੀ ਕੁ ਇਨਫੋਰਮੇਸ਼ਨ ਮੈਨੂੰ ਪਤਾ ਵਾ, ਠੀਕ ਹੈ, ਕਿਉਂਕਿ ਇਹਦੀ ਸਪੈਸੀਫਿਕੇਸ਼ਨ 'ਤੇ ਲਿਖੀ ਹੋਈ ਹੈ, ਬਸ ਇਹੀ ਰੀਜ਼ਨ, ਹੋਰ ਕੁਛ ਨਹੀਂ। ਬਾਕੀ ਦੁਨੀਆਂ ਦੇ ਫੰਡੇ ਨੇ ਵੀਰੇ, ਜਿਹਦਾ ਜਿੰਨਾ ਬਣਦਾ, ਜਿਹੜੀ ਜਿਹੜੀ ਚੀਜ਼ ਪਸੰਦ ਆ ਉਹ ਲੈ ਲਓ, ਆਪਦਾ ਇੰਜੋਏ ਕਰੋ, ਠੀਕ ਆ।
ਹੁਣ ਇਹਨੂੰ ਖੋਲ ਕੇ ਥੋੜਾ ਦੇਖ ਲੈਂਦੇ ਆ ਕੀ ਬਣਦੀ ਇਹਦੀ ਕਹਾਣੀ। ਹੋਰ ਵੀ ਮਾਡਲ ਹੋਣਗੇ ਜਾਂ ਨਵਾਂ ਆਇਆ ਹੋ ਕੋਈ ਜਾਂ ਪੁਰਾਣੇ ਹੋਣਗੇ ਜਾਂ ਕੁਛ ਵੀ ਮਤਲਬ ਲਾ ਲਓ ਜਿੰਨੀ ਕੁ ਸਾਨੂੰ ਨੌਲੇਜ ਮੇਨ ਅਸੀਂ ਕੀ ਸੋਚਿਆ ਜਿੰਨੀ ਕੁ ਸਾਡੀ ਜੇਬ ਚੱਲਦੀ ਆ ਓਨੇ ਕੁ ਦੀ ਅਸੀਂ ਚੀਜ਼ ਲੈ ਲਈ। ਸਹੀ ਹੈ ਵੀਰੇ, ਮਤਲਬ ਆਇਆ ਕਿ ਤੁਸੀਂ ਚੀਜ਼ ਇਹ ਨਾ ਹੋਵੇ ਕਿ ਚਾਦਰ ਤੋਂ ਬਾਹਰ ਪੈਰ ਕੱਢ ਲਓ, ਹੈ ਨਾ। ਤੁਸੀਂ ਨਹੀਂ, ਮੈਂ ਆਪਦੀ ਗੱਲ ਕਰਦਾ, ਛੋਟੇ ਦੀ ਗੱਲ ਕਰਦਾ। ਸਾਡਾ ਫੰਡਾ ਇਹ ਆ ਅਤੇ ਸਭ ਤੋਂ ਪਹਿਲਾਂ ਅਸੀਂ ਆਪਦਾ ਫੋਕਸ ਆਪਦੀ ਪੋਕਿਟ ਦੇ ਉੱਤੇ ਵੀ ਸਾਡੇ ਪੋਕਿਟ ਦੇ ਵਿੱਚ ਪੈਸੇ ਕਿੰਨੇ ਆ, ਸਾਡੇ ਬਜਟ ਕਿਹੜੀ ਚੀਜ਼ ਆਉਂਦੀ ਆ। ਹੈਗੇ ਤਾਂ ਉੱਥੇ ਹੁਣ ਮੈਕਬੁੱਕ ਪ੍ਰੋ ਵੀ ਆਇਆ ਹੋਇਆ, ਉਹ ਬਜਟ ਤੋਂ ਬਾਹਰ ਸੀਗਾ ਮੇਰੇ ਉਹ ਸਾਨੂੰ ਈਜ਼ੀ ਔਫਰ ਦੇ ਵਿੱਚ ਇੰਨਾ ਵਧੀਆ ਇਹ ਔਫਰ ਸੀਗਾ। ਇਹਦਾ ਐਕਚੁਅਲ ਪ੍ਰਾਈਸ 4,100 ਆ ਦਿਰਹਮ, ਔਰ ਸਾਨੂੰ ਔਫਰ ਦੇ ਵਿੱਚ ਇਹ ਮਿਲਿਆ 2,999, ਮਤਲਬ ਟੋਟਲ 3,000 ਦੇ ਵਿੱਚ ਮਿਲ ਗਿਆ, 1,000 ਘੱਟ, 1,000 ਗ੍ਰਾਮ ਲੈਸ। ਤਾਂ ਕਰਕੇ ਡੀਲ ਆਪਾਂ ਨੂੰ ਅੱਛੀ ਲੱਗੀ, ਆਪਾਂ ਚੱਟ ਲਿਆਂਦਾ। ਠੀਕ ਆ, GB ਦਾ ਆਪਾਂ ਨੂੰ ਇੰਨਾ ਫੰਡਾ ਫੁੰਡਾ ਪਤਾ ਨਹੀਂ ਹੈਗਾ। ਜਿੱਦਣ GB ਦਾ ਮੈਸੇਜ ਆਉਣ ਲੱਗ ਗਿਆ ਵੀ ਇੰਨੇ ਭਾਈ ਦੀ ਮੈਮਰੀ ਫੁੱਲ ਹੋ ਗਈ, ਉਦੋਂ ਫਿਰ ਇਹਨੂੰ ਵੀ ਡਾਟਾ ਵਾਵੇ ਕਰ ਦੇਣਾ। ਓਕੇ, ਮੇਰਾ ਲੈਪਟੋਪ ਆ ਤੇ ਮੈਂ ਵੀ ਬਾਈ ਜ਼ਰੂਰ ਦੱਸ, ਮੈਨੂੰ ਤਾਂ ਮਿਲਿਆ ਸੀ ਖੁੱਲਾ ਖਲਾਇਆ, ਮੈਨੂੰ ਤਾਂ ਮਿਲਿਆ ਸੀ ਖੁੱਲਾ ਖਲਾਇਆ, ਸਾਡੇ ਨੇ ਪੈਕ ਵੀ ਨਹੀਂ ਕਰਕੇ ਦਿੱਤਾ। ਇਹ ਚਿਕਨ ਪਾਓ, ਇਹ ਮਟਨ ਪਾਓ, ਇਹਨੂੰ ਬੰਦ ਕਰੋ ਤੇ ਪਲੱਗ ਲਾਉਣਾ ਨਾ ਭੁੱਲੀਂ, ਹੈਲਦੀ ਫੂਡ। ਬਾਈ ਦਾ ਲੈਪਟਾਪ ਦੇ ਲਿਆ ਤੇ ਮੇਰਾ ਲੈਪਟਾਪ ਦੇ ਲਿਆ ਤੇ ਅਸੀਂ ਦੋਨਾਂ ਨੇ ਅਨਬੋਕਸਿੰਗ ਪਤਾ ਕਾਹਦੇ ਬੈਠ ਕੇ ਕੀਤੀ ਆ ਬਾਈ, ਖੜਾ ਹੋ ਕੇ ਦਿਖਾਈ ਇਹਨਾਂ ਨੂੰ। 1, 2, 3 ਮਿਲਦੇ ਆ ਨੈਕਸਟ ਵਲੌਗ ਦੇ ਵਿੱਚ। ਥੈਂਕ ਯੂ ਸੋ ਮੱਚ, ਸਬਸਕ੍ਰਾਈਬ, ਲਾਈਕ, ਸ਼ੇਅਰ ਐਂਡ ਕਮੈਂਟ ਕਰਦੇ ਰਹੋ, ਠੀਕ ਹੈ ਵੀਰੇ। ਡੂ ਗਰੋ ਚੈਨਲ ਨੂੰ, ਪਿਆਰ ਦਿੰਦੇ ਰਹੋ। ਲਾਸਟ ਯੂਟਿਊਬ ਦੇ ਮੇਨ ਪੇਜ 'ਤੇ ਆਪਣਾ ਚੈਨਲ ਦੀ ਇੱਕ ਵੀਡੀਓ, ਮਤਲਬ ਇੱਕ ਵਲੌਗ ਆਇਆ ਹੋਇਆ ਸੀਗਾ, ਦੇਖ ਕੇ ਬੜਾ ਦਿਲ ਖੁਸ਼ ਵੀ ਹੋਇਆ ਔਰ ਮੋਟੀਵੇਟ ਵੀ ਹੋਇਆ। ਠੀਕ ਹੈ, ਹੋਰ ਵਲੌਗ ਵੀ ਲੈ ਕੇ ਆਵਾਂਗੇ ਨਵੇਂ, ਐਕਸਾਈਟਡ। ਥੈਂਕ ਯੂ ਸੋ ਮੱਚ, ਕੀਪ ਸਪੋਰਟਿੰਗ ਡੂ ਬ੍ਰੋ ਚੈਨਲ।